ਨਹੀਂ ਕਰ ਸਕਦੀ ਸਰਕਾਰ ਕਦਾ ਕੁਝ ਫਿਰ ਅਸਤੀਫਾ ਦੇ ਦੇਣ ਛੁੱਟੀ ਪਾ ਕਿਵੇਂ ਦਿੱਤਾ ਜਾਊਗਾ ਉਹ ਉਹਨਾਂ ਦੇ ਦਿੱਤਾ ਨਾ ਜਿਨ੍ਹਾਂ ਨੇ ਆਪਣੇ 70 ਸਾਲ ਕਰਕੇ ਗਏ ਫਿਰ ਰੋਕ ਦੇਣ ਫਿਰ ਫਿਰ ਰੋਕ ਦੇਣ ਇਹ ਇਹ ਕਰਦਾਂਗੇ ਇਹ ਛੁੱਟੀ ਪਾ ਦੇਣ ਕਿਉਂ ਦੇਣ ਬਦਲਾ ਦੇ ਵਿੱਚ ਬਦਲਾ ਕਿਹਾ ਜਾ ਰਹੀ ਬਦਲਾ ਲੈ ਕੇ ਆਵਾਂਗੇ ਹੌਲੀ ਹੌਲੀ ਹੋਊਗਾ ਆਪਾਂ ਕਾਇਨਾ ਮੰਗਦਿਆਂ ਵੀ ਬਦਲਾ ਹੋ ਜੇ ਐ ਕਿਨੇ ਹੋਣਾ ਕਾਲੀ ਨਾ ਉਹ ਤਾਂ ਕਹਿੰਦੇ ਸੀਗੇ ਮਹੀਨੇ ਚ ਹੀ ਬਦਲਾ ਕਰ ਦੇਵਾਂਗੇ ਓਹੋ ਮੈਂ ਜਦੋਂ ਵੋਟਾਂ ਲੈਣੀਆਂ ਮੈਂ ਕਿ ਹੁੰਮੀ ਮੈਂ ਵਰਸਨ ਨੂੰ ਕਰਦਾਂ ਮੈਂ ਸਰਪੰਚ ਬਣਨਾ ਜੀ ਫਿਰ ਲੋਕਾਂ ਨੂੰ ਗਮਰਾਹ ਕੀਤਾ ਗਿਆ ਲੋਕਾਂ ਨੂੰ ਗਮਾਂ ਦੇ ਗਮਰਾਹ ਕੀਤਾ ਗਿਆ ਅਗਲੀ ਸਰਕਾਰਾਂ ਗਰਮਾ ਕਰਦੀ ਨਹੀਂ ਸੀ ਉਹਨਾਂ ਨੇ ਕੀਤਾ ਨਹੀਂ ਕਦੇ ਮੌਜੂਦਾ ਉਹਨਾਂ ਸਰਕਾਰ ਦੀ ਬਾਪੂ ਮੌਜੂਦਾ ਸਰਕਾਰ ਦੀ ਗੱਲ ਕਰੋ ਜਿਹੜੀ ਸੱਤਾ ਦੇ ਵਿੱਚ ਹੈ ਵੀ ਸਾਨੂੰ ਆਹ ਕੁਝ ਨਹੀਂ ਮੰਗਿਆ ਕਿਹਾ ਜਾ ਰਿਹਾ ਸੀ ਕਿ ਮਹੀਨੇ ਦੇ ਵਿੱਚ ਮਹੀਨੇ ਦੇ ਵਿੱਚ ਬਦਲਾ ਲਿਆਵਾਂਗੇ ਨਸ਼ਾ ਖਤਮ ਕਰ ਦੇਵਾਂਗੇ ਰੋਜ਼ਗਾਰ ਦੇ ਦੰਗੇ ਬਾਹਰੋਂ ਗੋਰੇ ਬਾਹਰੋਂ ਗੋਰੇ ਕੰਮ ਕਰਨ ਆਉਣਗੇ ਇੱਥੇ ਇਹ ਵੀ ਪੌਂਸਿੰਗ ਮਾਨ ਨੇ ਕਿਹਾ ਸੀ ਪਰ ਹਾਲਾਂਕਿ ਵੱਡੀ ਬਦਦਤ ਨੌਜਵਾਨੀ ਆ ਉਹ 1.5 ਲੱਖ ਨੌਜਵਾਨ ਸਟੂਡੈਂਟ ਬਾਪੂ ਜੀ ਆਏ ਸਾਲ ਬਾਹਰ ਜਾਂਦਾ ਪੰਜਾਬ ਖਾਲੀ ਹੋਣ ਦੀ ਕਗਾਰ ਤੇ ਖੜਾ ਹੈ ਕਿ ਤੁਸੀਂ ਉਹੀ ਗੱਲਾਂ ਉਹ ਫਿਰ ਉਹ ਕਹੇ ਉਹੀ ਗੱਲ ਉਹ ਤਾਂ ਪਹਿਲਾਂ ਵੀ ਪੰਜਾਬ ਜਾਈ ਜਾਂਦਾ ਉਹ ਨਾ ਹੁੰਦੇ ਕਿ ਜਾਂਦਾ ਨਹੀਂ ਇਹ ਤਾਂ ਕਹਿੰਦੀ ਗੋਰੇ ਬਾਹਰੋਂ ਕੰਮ ਕਰਨ ਆਉਣਗੇ ਇੱਥੇ ਫਿਰ ਟਾਈਮ ਨਾ ਆ ਜਾਣਗੇ ਜੇ ਆਪਾਂ ਗੋਰੇ ਬਾਹਰ ਹੋਣਗੇ ਟਾਈਮ ਨਾ ਟਾਈਮ ਨਾ ਆ ਜਾਣਗੇ ਐਂ ਛੇਤੀ ਕਿਵੇਂ ਆਉਣ ਵਾਲਾ ਗੋਰੇ ਹੂੰ ਜੇ ਗੋਰੇ ਕਿਤੇ ਆਪਾਂ ਐਨੇ ਸੇਤੀ ਕੱਢਦੇ ਸੀਗੇ ਉਦੋਂ ਜਦੋਂ ਕੱਢੇ ਨੇ ਪੰਜਾਬ ਚ ਹੂੰ ਉਹਦੇ ਵੀ ਕਿਸੇ ਗੱਲ ਨਾਲ ਨਹੀਂ ਕੱਢੇ ਨੇ ਤੇ ਹੁਣ ਤੂੰ ਸੇਤੀ ਹੁਣ ਫੇਰ ਆਪਾਂ ਸੇਤੀ ਬਾੜਾ ਸੇਤੀ ਸੇਤੀ ਪਰਸਾਹ ਇਹਨਾਂ ਨੇ ਆਪ ਹੀ ਕਿਹਾ ਸੀ ਕਿ ਮਹੀਨੇ ਦੇ ਵਿੱਚ ਬਦਲਾ ਲੈ ਆਵਾਂਗੇ ਮਹੀਨੇ ਦੇ ਵਿੱਚ ਬਦਲਾ ਆਪਦੇ ਬੰਦੇ ਨਾ ਨਸ਼ਾ ਵੇਚਦੇ ਸੀਗੇ ਤੇ ਉਹ ਇਹਦਾ ਕੋਈ ਨਸ਼ਾ ਵੇਚਦਾ ਨਸ਼ਾ ਤਾਂ ਇਹਨੇ ਬਾਦੂ ਮਿਲਦਾ ਐਮ ਬਾਦੂ ਤਾਂ ਮਿਲੂਗੇ ਜੇ ਉਹਨਾਂ ਦੇ ਬੰਦੇ ਨਾ ਰੋਕਣੇ ਜ਼ਿੰਮੇਦਾਰੀ ਰੋਕਣ ਦੀ ਕੀ ਬੰਦੀ ਆ ਰੋਕਣ ਦੇ ਜਿੰਨਾਂ ਦੇ ਜਿੰਨਾਂ ਦੇ ਅਸੀਂ ਇਹ ਸਾਰੇ ਸਰਕਾਰ ਬਦਲ ਲੈਣ ਨਾ ਖੈਨੇ ਅਫਸਰ ਇਹਨਾਂ ਦੇ ਉਹਨਾਂ ਦੇ ਨਹੀਂ ਨੇ ਸਾਰ ਰੋਕਦੇ ਤੇ ਅਫਸਰ ਵੀ ਤਾਂ ਸਰਕਾਰ ਨਹੀਂ ਬਦਲਣੇ ਆ ਬਾਪੂ ਜੀ ਸਰਕਾਰ ਹੁ ਕੱਲਾ ਕੀ ਕਰੂਗਾ ਤੂੰ ਤਾਂ 10 ਬੰਦੇ ਕੁੱਤੇ ਦਾ ਮਗਰ ਪਾਈ ਗਏ ਕਿ ਸ਼ਿਕਾਰੀ ਦੇ ਤੇ ਉਹ ਕੱਟਦਾ ਕਰੂਗਾ ਕੀ ਐ ਸਕ ਮੰਤਰੀ ਦੀ ਪਾਵਰ ਇੱਕ ਸਟੇਟ ਦੀ ਬਹੁਤ ਵੱਡੀ ਪਾਵਰ ਹੁੰਦੀ ਆ ਹੌਲੀ ਹੌਲੀ ਵਰਤੂਗਾ ਫੇਰ ਨਹੀਂ ਇਕੱਠੀ ਵਰਤੂ ਜੇ ਗਲਤ ਵਰਤੂ ਹੌਲੀ ਹੌਲੀ ਕਦੋਂ ਗੱਟ ਤੱਕ ਵਰਤੀ ਗਈ ਫੇਰ ਆਪਾਂ ਉਹਨਾਂ ਕਹਾ ਵੀ ਇਹ ਲਾ ਦੇ ਉਹਨੂੰ ਕੀ ਲੱਗਦਾ ਬਾਪੂ ਕੀ ਲੱਗਦਾ ਸਹਿਮ ਤੋਂ ਗੱਲਾਂ ਦੇ ਨਾਲ ਜਿਹੜੇ ਗੱਲਾਂ ਕੀਤੀਆਂ ਨੇ ਸਹਿਮ ਤੋਂ ਗੱਲਾਂ ਦੇ ਨਾਲ ਕਹਿੰਦੇ ਹੌਲੀ-ਹੌਲੀ ਜਿਹੜਾ ਸਾਰਾ ਕੰਮ ਹੋਊਗਾ ਜਿਹੜੀ ਸਾਨੂੰ ਲੈ ਕੇ ਕਿਹਾ ਲਾਇਟ ਚਾਹੀਦੀ ਐ ਨੌਜਵਾਨੀ ਚਾਹੇ ਮਰਦਿਆ ਮਰੇ ਲਾਇਟ ਤਾਂ ਵਾਧੂ ਆਈ ਗੱਲ ਕਰ ਗੱਲ ਦਾ ਨਸ਼ੇ ਨੱਤੇ ਦੀ ਆਈ ਹੌਲੀ-ਹੌਲੀ ਬੰਦ ਹੋ ਜਾਊਗਾ ਹਮ ਇੱਕ ਲੱਤ ਦਾ ਹੁੰਦਾ ਵੀ ਨਹੀਂ ਫਿਰ ਹੌਲੀ-ਹੌਲੀ ਹੋ ਜਾਊ ਹਮ ਪਤਾ ਲੱਗ ਜਾਊਗਾ ਹਾਲੇ-ਚਾਲ ਚ ਕੀ ਬਣਦਾਗਾ ਹਮ ਗਾਹਾਂ ਦੇਖਦੇ ਆ ਕੀ ਆ ਮੂਰੇ ਇਹ ਤਾਂ ਫੇਰ 5 ਸਾਲ ਆਈ ਰਹਿੰਦੇ ਨੇ ਜਿਹਨਾਂ ਕੁਝ ਕਰਿਆ ਫੇਰ ਗਾਹਾਂ ਕੋਈ ਹੋਰ ਆ ਜਾਊਗਾ ਹਮ ਹੋਰ ਫਿਰ ਕਿਹਨੂੰ ਫਿਰ ਤਾਂ ਉਹੀ ਦੋ ਪਾਰਟੀਆਂ ਰਹਿ ਗਈਆਂ ਕੋਈ ਤ ਹੋਰ ਚੌਥਾ ਉੱਠ ਖੜੂਗਾ ਇੱਥੇ ਕੀ ਹੋਉਂਦਾ ਉਹਦਾਂ ਨੂੰ ਖਬਰ ਹੈ ਹਜੇ 4-5 ਸਾਲ ਪਏ ਨੇ ਕਿ ਉਹਦਾਂ ਨੂੰ ਤਾਂ ਕੋਈ ਨਵਾਂ ਹੋਰ ਬਣ ਜੂ ਇਹ ਵੀ ਇੱਕ ਮਹਾਨ ਗੱਲ ਹੈ ਜਿਹੜੀ ਲੋਕਾਂ ਨੂੰ ਆਉਂਦੀ ਜਿਹੜੀ ਵੋਟ ਬੈਂਕ ਦੀ ਪਾਵਰ ਆ ਉਹ ਸਮਝਣੀ ਪੈਣੀ ਹੈ ਲੋਕ ਜਿਹੜੀ ਵੋਟ ਜਿਹੜੀ ਵਿਕਦੀ ਹੈ ਉਹ ਰੁਕਣਾ ਪੈਣਾ ਉਸ ਚੀਜ਼ ਤੋਂ ਹਾਂ ਵੋਟ ਜਿਹੜੀ ਨਸੇ ਪਿੱਛੇ ਵੋਟ ਪਾਉਂਦੇ ਆ ਵੇਚਦੇ ਬਹੁਤ ਗਲਤ ਆ ਆਪਦਾ ਬੰਦਾ ਦੇਖ ਕੇ ਵੋਟ ਪਾਉਣੀ ਚਾਹੀਦੀ ਹੈ ਹੂੰ ਯਾ ਸਾਡੇ ਬੰਦਾ ਲੈ ਕੇ ਕੰਮ ਕਰੂਗਾ ਉਹਨੂੰ ਪਾਉਣੀ ਚਾਹੀਦੀ ਹੈ ਹੂੰ ਕੀ ਲੱਗਦਾ ਕਿ ਹਲਾਤ ਸੁਧਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ 1 ਸਾਲ ਦੇ ਕਰੀਬ ਜਿਹੜਾ ਸਰਕਾਰ ਮੰਨੀ ਨੂੰ ਹੋਣ ਵਾਲਾ ਤਾਂ ਕਿਹਾ ਜਾ ਰਿਹਾ ਕਿ ਹੌਲੀ ਹੌਲੀ ਕੰਮ ਹੋਣਗੇ ਨਸ਼ਾ ਪਹਿਲਾਂ ਨਾਲੋਂ ਵਧਿਆ ਹੋਇਆ ਸੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਗਰਾਊਂਡ ਲੈਵਲ ਤੇ ਲੱਗਦਾ ਕਿ ਪੰਜਾਬ ਦਾ ਭਵਿੱਖ ਆਉਣ ਵਾਲੇ ਸਮੇਂ ਦੇ ਵਿੱਚ ਸਮਰਜੂਗਾ ਤੁਹਾਨੂੰ ਕੀ ਲੱਗਦਾ ਜੇ ਸਰਕਾਰ ਨੇ ਸਟੈਂਡ ਲੈਂਦਾ ਤਾਂ ਬਦਲ ਵੀ ਸਕਦਾ ਹੈ ਸਰਕਾਰ ਸਖਤ ਸਖਤੀ ਕਰੇ ਪਰ ਗੱਲ ਸਟੈਂਡ ਲੈਣ ਦੀ ਆ ਗੱਲ ਸਟੈਂਡ ਲੈਣ ਦੀ ਜੇ ਸਰਕਾਰ ਸਟੈਂਡ ਲਵੇ ਸਖਤੀ ਕਰੇ ਸਾਰਾ ਕੁਝ ਬੰਦ ਹੋ ਜੂਗਾ ਹਮ ਹਮ ਪਰ ਵੱਡੇ ਮਗਰਮੱਸ ਬੈਠਿਆ ਰਿਸ਼ਮਤਾਂ ਲੈ ਕੇ ਚਲਾਈ ਜਾਂਦੇ ਨੇ ਕੰਮ